ਸ਼ਿੰਗਾਲ ਜੀ ਆ ਗਏ ਜੀ ਬੈਂਗਣੀ ਲਾਉਣ। ਭਿੰਡੀ ਤਾਂ ਆਪਾਂ ਲਾਤੀ ਦੀ, ਬੈਂਗਣੀ ਲਾਉਣ ਲੱਗੇ ਆ ਹੁਣ। ਰੀਰੀ ਲਿਆਂਦੀ ਵੀ ਕੱਲ੍ਹ ਦੀ, ਹੁਣ ਲਾਈਟ ਹੈਗੀ ਆ, ਜਨਰੇਟਰ ਜਨਰੇਟਰ ਵੀ ਲਿਆਂਦਾ ਨਾਲ ਆਪਾਂ ਨੇ। ਜੇ ਨੱਠ ਗਈ ਤਾਂ ਇਹ ਜਨਰੇਟਰ ਵੀ ਖੜਾਉਣਾ ਪੈਣਾ, ਪਤਾ ਕੁਛ ਨਹੀਂ ਹੈਗਾ, ਜੇ ਕੰਨ ਨੱਠ ਜਾਣੀ ਕੋਈ ਸੁਰੇ ਨਹੀਂ ਹੈਗਾ ਲਾਈਟ ਦਾ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਜੀ। ਬਾਕੀ ਬੀਜ ਲਿਆ ਇਹ ਤਾਂ ਕੱਲ੍ਹ ਪਨੀਰੀ ਜੀ ਜਾ ਕੇ ਮੈਂ ਮਰੰਡੇ 'ਤੇ ਲਿਆਂਦੀ ਹੈ ਜੀ, ਰਿਸ਼ਤੇਦਾਰ ਨੇ ਦਵਾਈ ਹੈ ਜਿਨ੍ਹਾਂ ਨੇ ਭਿੰਡੀਆਂ ਦਾ ਬੀਜ ਦਵਾਇਆ ਤਾ। ਭਿੰਡੀਆਂ ਬਹੁਤ ਵਧੀਆ ਜੰਮੀਆਂ ਜੀ ਆਪਣੀਆਂ, ਗਡਾਈ ਹੁੰਦੀ ਇਹਨਾਂ ਦੀ, ਹੁਣ ਗਡਾਈ ਕਰਾਉਂਦੇ ਆ। ਬਾਕੀ ਇਹਦਾ ਵੀ 40 ਦਿਨ 'ਚ ਕਿਹਾ ਜੀ ਉਹਨੇ, ਕਹਿੰਦਾ ਜ਼ਮੀਨ ਤਕੜੀ, ਕਹਿੰਦਾ 40 ਦਿਨ 'ਚ ਫਲ ਪੈ ਜੂਗਾ, ਕਹਿੰਦਾ 40ਵੇਂ ਦਿਨ ਤੋਂ। ਭਿੰਡੀ ਦੇ 40 ਦਿਨ ਕਿਸੇ ਦਾ 40 ਦਿਨ 10 ਦਿਨ ਹੋ ਗਏ ਭਿੰਡੀ ਨੂੰ, 10 ਦਿਨ ਬਲੌਗ 'ਚ ਪਤਾ ਲੱਗ ਜਾਣ ਆਪਾਂ ਨੂੰ। ਉਹ ਤਾਂ ਪ੍ਰੂਫ ਪਿਆ ਆਪਣੇ ਕੋਲ ਵੀ 1 ਤਰੀਕ ਨੂੰ ਲੱਗੀ ਸੀ। ਇਹਦੇ ਹਿਸਾਬ ਨਾਲ ਗਰੋਥ ਹਿਸਾਬ ਨਾਲ ਲੱਗਦਾ ਵੀ 40 ਦਿਨ 'ਚ ਚਾਹ ਲੈਣਾ ਕੰਮ। ਹਾਂ ਗਰੋਥ ਵਧੀਆ ਹੋ ਰਹੀ ਹੈ ਭਿੰਡੀ ਦੀ, ਸੋਹਣੀ ਹੋ ਗਈ। ਇਹਦੇ 'ਤੇ ਸਪਰੇ ਕਰ ਦਿੰਦੇ ਇੱਕ, ਹੁਣ ਹਲਕੀ ਸਪਰੇ ਕਰਕੇ ਇਹਦੀ ਗਡਾਈ ਕਰ ਦਿਓ, ਅੱਜ ਸਪਰੇ ਕਰ ਦਿਓ ਗਡਾਈ ਕਰਕੇ। ਫਿਰ ਕਦੀ ਕਾਕੇ ਗਡਾਈ ਕਰੀ ਕਿਵੇਂ ਕਰੀ? ਨਹੀਂ ਨਹੀਂ ਸਪਰੇ ਕਰ ਦਾਂਗੇ ਅੱਜ, ਦੇਖਦੇ ਹਾਂ ਮੈਂ ਕਰਦਾ। ਮੈਂ ਉੱਧਰ ਵੀ ਕਰਨੀ ਗੰਨੇ, ਪਰ ਇੱਕ ਤਾਂ ਡੀਲੇ ਉਹਦੀ ਕਰਨੀ ਆ, ਡੀਲਾ ਬਹੁਤ ਹੋਇਆ ਵਾ ਗੰਨੇ 'ਚ, ਕਿਉਂਕਿ ਜਿਹੜਾ ਦੁਬਾਰੇ ਗੰਨਾ ਬੀਜੋ ਆਪਾਂ ਨੇ ਨਾ, ਉਹਦੇ 'ਚ ਆਪਾਂ ਨੇ ਉਹ ਝਟਪਟ ਕਰਨੀ, ਉਹਨੇ ਡੀਲਾ ਜਿਹਾ ਫੂਕ ਦੇਣਾ, ਫਿਰ ਗਡਾਈ ਕਰਾਂਗੇ ਉਹਦੀ। ਬਾਕੀ ਬਾ ਗਿਆ ਤਾਂ ਜੀ ਇਹਨੂੰ ਬਣਾਈ ਵੀ ਸੱਕਰ ਹੈ ਨਾ, ਵਧੀਆ ਬਣਾਇਆ ਫਿਰ ਤਾਂ ਪੂਰਾ ਪੱਟਿਆ ਮੈਂ ਚੰਗਾ ਐਨ ਹੁਣ ਗੱਡ ਕੇ। ਕੱਲ੍ਹ 2 ਵਾਰ ਵਾਹਤਾ ਮੈਂ, 2-3 ਵਾਰ ਮੈਂ ਮਾਸੜ ਕਹਿੰਦਾ ਤਾਂ ਵੀ ਚੰਗੀ ਤਰ੍ਹਾਂ ਵਾਹ ਕੇ ਆਈ। ਮਾਸੜ ਆਊਗਾ, ਮਾਸੜ ਤਾਂ ਸਾਰਿਆਂ ਨੇ ਆਉਣਾ, ਟੀਮ ਆਊਗੀ ਯਾਨੀ ਪੂਰੀ। ਹਾਂ ਪੂਰੇ ਆਉਂਗੇ ਸਾਰੇ ਲੋਕ, ਹੁਣ ਖੜੇ ਹੋਏ ਸਾਰੇ। ਬਾਕੀ ਲਾਈਟ ਦਾ ਰਾਤ ਦੀ ਚੱਲਦੀ ਆ ਬਾਈ, ਪਤਾ ਕੁਛ ਨਹੀਂ ਕਦ ਭੱਜ ਜਾ। ਕਿਆਰੇ ਪਾ ਕੇ ਪਹਿਲਾਂ ਪੰਪ ਪਾਣੀ ਲਾ ਦਈਏ, ਬਾਅਦ ਚ ਲਾਉਣਾ ਪਾਣੀ ਬਾਈ? ਪਾਣੀ ਪਹਿਲਾਂ ਲੱਗਣਾ, ਪਹਿਲਾਂ ਲੱਗਣਾ ਪਾਣੀ 'ਚ ਲੱਗਣੀ ਆ, ਇਹ ਪਾਣੀ 'ਚ ਲੱਗਣੀ ਆ, ਲੱਗਣੀ ਪਾਣੀ ਮਾਈ ਆ ਇਹ। ਇਹਦੇ 3 ਕਿਆਰੇ ਬਣਾਈਏ, 3 ਕਰ ਲੈਣੇ, 4 ਕਰ ਲੈ। ਟੀਮ ਪੁੱਜਣੀ ਸ਼ੁਰੂ ਹੋ ਗਈ ਆ, ਸਭ ਨਾਲ ਪਹਿਲਾਂ ਤਾਂ ਟੀਮ ਦਾ ਨਵਾਂ ਬਲੌਗਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਸਲਾਮ ਵਾਲੇਕੁਮ ਭਾਈ ਸਾਹਿਬ, ਠੀਕ ਹੈ? ਅੱਜ ਲੱਗੇ ਜੀ ਬੈਂਗਣੀ ਲਾਉਣ। ਬਤਾਊਂਗਾ ਬੈਂਗਣੀ ਕੇ ਬਤਾਊਂ ਅੱਜ? ਇਹ ਤਾਂ ਬਾਈ ਲੱਗੇ ਤਾਂ ਪਤਾ ਲੱਗੂਗਾ, ਮੈਨੂੰ ਵੀ ਨਹੀਂ ਪਤਾ ਵੀ ਕੀ ਆਏ, ਨਾਲੇ ਬੈਂਗਣੀ ਕਹੀ ਜਾਂਦੇ, ਇਹਨੂੰ ਪਤਾ ਹੋਊਗੀ ਨਾ ਲੈ ਕੇ ਆਇਆ ਯਾਰ। ਗੋਲ ਬਤਾਊਂਗਾ ਬਤਾਊਂਗਾ ਜੀ। ਤੁਸੀਂ ਕਹਿਣਾ ਚਾਚਾ ਐਂ ਕਹੀ ਜਾਂਦਾ, ਇਹ ਮੇਰੀ ਗੱਲ ਸੁਣ ਲਾ, ਪਨੀਰੀ ਕੱਲ੍ਹ ਸ਼ਾਮ ਲੱਗਣੀ ਚਾਹੀਦੀ ਸੀ। ਅੱਛਾ ਜੀ, ਹਾਂ ਲਫਾਫੇ ਜੇ ਬਾਈ ਉੱਕਣੇ ਹੀ, ਲਫਾਫੇ ਮੈਂ ਕਹਿੰਦਾ ਕੱਲੀ ਕੱਲੀ ਕਰੀ ਵੀਰ ਜੀ, ਯਾਨੀ ਜੇ ਲਿਆਂਦੀ ਪਨੀਰੀ ਸ਼ਾਮ ਦੀ, ਜਿਹੜੀ ਦਵਾਈ ਸ਼ਾਮ ਦੀ ਉਹ ਹੈ, ਹੁਣ ਸ਼ਾਮ ਦੀ ਇਹਦੀ ਮੱਤ ਵੱਜਣੀ ਨਹੀਂ ਜੇ ਹੁਣ ਸ਼ਾਮ ਲਾਈ। ਸ਼ੰਕਰ ਦਾ ਪ੍ਰਸ਼ਾਦ ਵੀ ਪਏ ਤੇ ਉਹ ਕੱਲ ਹੋਲੀ ਦੀ ਕੱਲ ਕੱਲ ਲਾਉਣੀ ਸੀ ਤੁਸੀਂ, ਪਾਣੀ ਚ ਲਾਉਣੀ ਆ, ਪਾਣੀ ਚ ਲੱਗਣੀ ਬਾਈ, ਲੱਗਣੀ ਆ ਇਹ ਪਨੀਰੀ ਦੇਖ ਲੋ ਕਾਦੀ, ਕਿਤੇ ਡੋਡੇ ਦੀ ਹੋਵੇ ਸਾਡੀ ਜਮਾਤ ਵੀ ਨਹੀਂ ਹੁੰਦੀ ਕਦੇ ਦਿੰਦਾ, ਸਾਡੀ ਤਾਂ ਕਰਾਉਣੀ ਵੀ ਨਹੀਂ ਕਦੇ, ਕਰਾ ਦੂੰਗੇ ਤੇਰੀ ਜਮਾਨਤ, ਤੂੰ ਅੰਦਰ ਤਾਂ ਜਾ ਕੇ ਤੁਸੀਂ ਸਾਫ ਸਾਫ ਕਹਿਣਾ ਜਾਣਾ ਕਿਹਦੀ ਕਰਾਉਂਗੇ, ਤੁਸੀਂ ਤਾਂ ਦੱਸਦੇ ਪਹਿਲਾਂ ਜਾਣਾ।
ਸਾਰਾ ਗਿਰਨਾ ਚਾਹੀ ਪਾਣੀ ਚ ਇਹ ਮੰਨਦਾ ਮੈਂ ਕਿਹਾ ਪਹਿਲੇ ਦੋ ਭਰ ਲੈ ਦੋ ਭਰ ਲੈ ਦਿਹਾੜੀ ਪਿਲਾ ਦੋਹਾਂ ਨੂੰ ਤੇ ਦੋਹਾਂ ਨੇ ਦਿਹਾੜੀ ਚ ਗੁੜ ਜਾਣੀ ਉਹਨੇ ਉਹ ਠੀਕ ਕਰ ਦੇਣਾ ਸਤਿ ਸ੍ਰੀ ਅਕਾਲ ਜੀ ਅੱਜ ਆਏ ਜੀ ਬੈਂਗਣੀ ਲਾਉਣ ਵਾਸਤੇ ਤਿਆਰੀ ਕਰੀ ਵੀ ਮੁੰਡੇ ਨੇ ਮੇਰੇ ਥੋੜ੍ਹਾ ਸ਼ੈੱਡ ਦਾ ਕੰਮ ਚੱਲਦਾ ਤਾਂ ਕਹਿੰਦੇ ਟਾਈਮ ਕਾਲੇ ਫੋਨ ਕਰੋਗੇ ਫੋਨ ਹੁਣੇ ਕਰਿਆ ਪਾਣੀ ਛੱਡਤਾ ਜੀ ਵਾਹੁਣ ਜਿਕਣਾ ਆਪਾਂ ਜੀਰੀ ਲਾਉਂਦੇ ਹੁੰਦੇ ਇੱਕਣਾ ਲਾ ਦੇਣੀ ਹੈ ਇਹਨੂੰ ਟਾਈਮ ਘੱਟੇ ਲੱਗਣਾ ਬਹੁਤ ਦੂਰ ਲੱਗਣੀ ਹੈ ਤਾਂ ਦੋ ਦੋ ਫੁੱਟ ਪਰ ਢਾਈ ਢਾਈ ਫੁੱਟ ਪਰ ਤਿੰਨ ਤਿੰਨ ਫੁੱਟ ਪਰ ਲੱਗਣਾ ਚੌਂ ਸਾ ਬੂਟਾ ਵੱਲ ਲਾ ਹੁਣ ਕਿੰਨਾ ਲੱਗਣਾ 1400 ਤਿੰਨ ਫੁੱਟ ਲੱਗਣਾ ਹਾਂ ਲੱਗਾ ਤਿੰਨ ਫੁੱਟ ਪਰ ਇਹ ਕੋਈ ਨਹੀਂ ਲਾ ਦੇਣਾ ਤਾਂ ਘੱਟ ਦਾ ਕੰਮ ਨਹੀਂ ਹੈ ਇੱਧਰ ਨੂੰ ਕਿੰਨੀ ਦੂਰੀ ਬਰਾਬਰ ਰੱਖਣੀ ਹੈ ਨਹੀਂ ਤਿੰਨ ਤਿੰਨ ਫੁੱਟ ਉਹ ਰਹਿਣ ਦੇ ਆ ਪਨੀਰੀ ਆ ਜੀ ਲਓ ਬਾਈ ਪਨੀਰੀ ਆਹ ਗੋਲ ਬਤਾਊ ਮਾਸੜ ਗੋਲ ਬਤਾਊ ਜੀ 70 ਪੈਸੇ ਬੂਟਾ ਦਿੱਤਾ ਉਹਨੇ ਆਪਾਂ ਨੂੰ 70 ਪੈਸੇ ਬੂਟਾ ਦਿੱਤਾ ਜੀ ਚਲੋ ਫਿਰ ਪਾਣੀ ਤਾਂ ਲੱਗ ਜਾਂਦੇ ਸਿਰੇ ਕਿੱਥੇ ਨੂੰ ਤੈਨੂੰ ਪਤਾ ਨਹੀਂ ਐ ਲਾ ਦੇ ਦੌੜ ਲਾ ਦੇ ਇੱਥੇ ਲਾ ਐ ਸਿੱਧੀ ਲਾ ਕਿਆ ਮਾਰਿਆ ਤੇਰੇ ਰੂੜਾ ਮਾਰਿਆ ਇਹਨੇ ਭੂੰਗਾ ਮਾਰਦਾ ਹੈ ਭੂੰਗਾ ਰੂੜੇ ਮਾਰਦਾ ਇਹ ਮਾਰਦਾ ਢਾਂਡਾ ਚੱਲ ਬਹਿ ਜਾ ਕੁਛ ਨਹੀਂ ਹੋਇਆ ਹੁਣ ਨਹੀਂ ਬਚਦਾ ਚੱਲ ਡੋਲ ਪਾ ਦੇ ਡੋਲ ਪਾ ਦੇ ਜਦ ਤੂੰ ਨੱਕਾ ਖੋਲਿਆ ਇਹਨੂੰ ਪਾਣੀ ਲਾਈਏ ਕਰਤਾ ਯਾਰ ਤੂੰ ਰਹਿਣ ਦੋ ਯਾਰ ਕੰਮ ਕਰ ਦੇ ਪਾਣੀ ਛੱਡ ਕੇ ਆ ਜਾ ਤੂੰ ਪਾਣੀ ਖੋਲ ਦੇ ਪਾਣੀ ਸਾੜਕ ਖੋਲ ਗਿਆ ਤੂੰ ਅਰੇ ਖਿੱਦਤ ਨਾ ਮੱਤ ਦੇ ਅਰੇ ਤਾਂ ਤੇਰਾ ਖੇਤ ਬਾਤ ਤਾਂ ਆਪਾਂ ਨੇ ਸਾਨੂੰ ਮਿੱਟੀ ਲੜਨ ਸਾਲੇ ਦੇ ਲੈ ਮਿੱਟੀ ਸਾਡੇ ਤਾਂ ਲੜਦੀ ਨਹੀਂ ਹੁੰਦੀ ਗੇਟ ਖੋਲ ਦੇ ਕਣਕ ਜੀਰੀ ਕਿਆ ਲਾਉਂਗਾ ਕਣਕ ਆਪ ਗੇਹੂੰ ਕੀ ਖੇਤੀ ਕਰੇਂਗੇ ਹੈ ਹਿੰਦੀ ਸੁਣ ਕੇ ਖੁਸ਼ ਹੋ ਗਿਆ ਖੇਤ ਉੱਧਰ ਨੂੰ ਉੱਚਾ ਪਾਣੀ ਕਿੱਕਣ ਅੜ ਕੇ ਜਾਂਦਾ ਨਾ ਨਾ ਬਰਾਬਰ ਜੀ ਯੋਗਿੰਦਰ ਕਿਆ ਲਾਉਣਾ ਗਰਿੰਦਰ ਤੇ ਗਰਿੰਦਰ ਉਹ ਕਿਆ ਲਾਉਣਾ ਧਣੀਆਂ ਗੰਨਾ ਗੰਨਾ ਲਾਉਣਾ ਗੰਨਾ ਮਿੱਟੀ ਗਿਰੀ ਜਾਂਦੀ ਜਿੱਥੇ ਪੈਪ ਗਿਰਿਆ ਕਿਆ ਹੋ ਗਿਆ ਫਿਰ ਚੱਲ ਬੰਦ ਕਰ ਦੇ ਹੁਣ ਭਰ ਗਿਆ ਕਿਆਰਾ ਤੇਰਾ ਉਹ ਦੂਰ ਲੈਵਲ ਕਰਦਾ ਟੱਗੀ ਖਿੱਚਦਾ ਤੂੰ ਖੜ ਜਾ ਯਾਰ ਤਾਂ ਹੀ ਤੇਰਾ ਖੇਤ ਬਣੂਗਾ ਤੈਂ ਸਾਰਾ ਡੌਲਾ ਤੋੜ ਦੇਣੀ ਗਰਿੰਦਰ ਹਟ ਜਾ ਪੁੱਤ ਕਾਹਨੂੰ ਕੱਪੜੇ ਲੱਗਿਆ ਵਾ ਖਰਾਬ ਕਰਨ ਤੋਂ ਵੀ ਕੱਪੜੇ ਖਰਾਬ ਕਰ ਲੈ ਤੇਰੇ ਬਾਦੀ ਨਹੀਂ ਕੀਤੀ ਉਹ ਬੰਦ ਕਰ ਉਹ ਤੂੰ ਤੂੰ ਡੌਲ ਕਾਹਦੇ ਢਾਈ ਜਾਂਦਾ ਤੇਰੇ ਹੱਥ ਫਿਰ ਜਾਣਾ ਛੱਡ ਦੇਣਾ ਮੈਂ ਉਹ ਕਰ ਲੱਕੜ ਖੋਲ ਦੇ ਆ ਵੀ ਭਰੇ ਤੇ ਬੰਦ ਕਰਨਾ ਪੈਣਾ ਫਿਰ ਇੱਥੇ ਤੇ ਖੋਲ ਦੇ ਨੀਵੀਂ ਜਗ੍ਹਾ ਤੇ
ਨਹੀਂ ਹੈਗਾ ਹੱਥਾਂ ਵਾਲਾ ਕੀ ਕਰਨਾ ਵਾ ਠੀਕ ਹੈ ਬਹੁਤ ਭਲੀ ਜੀ ਤੁਸੀਂ ਕੱਢ ਲਾ ਫੇਰ ਸਾਲੇ ਨੂੰ ਬੇੜ ਕੇ ਬਾਹ ਕੇ ਵਿੱਚ ਨੂੰ ਕੱਢ ਕੇ ਆਏ ਸਾਰੇ ਘੱਟ ਵੱਟੇ ਹੋ ਰਹੇ ਨੇ ਪਹਿਲਾਂ ਫੇਰ ਖਾਲੀ ਕਰੇ ਲਓ ਜੀ ਹੋ ਗਈ ਦਵਾਈ ਸ਼ੁਰੂ ਓਏ ਕੀ ਕਲੈ ਲਾਇਆ ਜਿਹੜੀ ਪਾਲੀ ਜਾ ਰਹੀ ਹੈ ਕਲੈ ਲਾਉਣੀ ਗੱਪੇ ਵਸੂ ਦੇ ਪਨੀਰੀ ਰੋਪੜ ਦੇ ਲਿਆਈ ਹੋਰ ਮਾੜੀ ਮੋਟੀ ਘੱਟ ਗਈ ਉੱਚੀ ਕੱਟਣੀ ਕਿੱਥੇ ਆ ਯਾਰ ਬਹੁਤ ਕੱਟਣੀ ਲਾਈ ਸ਼ੁਰੂ ਲਾਈ ਸ਼ੁਰੂ ਨਹੀਂ ਕਰੀ ਹੈਗੀ ਪਹਿਲਾਂ ਕੱਟ ਗਈ ਪਨੀਰੀ ਥੋੜੀ ਖੜਦੀ ਪਤਾ ਤਾਂ ਲੱਗਦਾ ਨੀ ਕਿੱਥੇ ਆ ਆਵਾਰਾ ਹੂੰ ਪਨੀਰੀ ਲਿਆ ਫੜ ਕੇ ਝਾਂਜੇ ਤੇ ਉਹ ਪਾਣੀ ਤਾਂ ਗਿੱਟੇ ਦੇ ਉੱਪਰ ਆ ਉੱਧਰ ਤਾਂ ਪਾਣੀ ਨਹੀਂ ਹੈਗਾ ਫਰਕ ਬਰਾਬਰ ਰੱਖੀ ਸੇਮ ਆਹੋ ਨਾ ਉਹ ਹੀ ਮੈਨੂੰ ਛੱਡਦੀ ਯਾਰ ਮੈਂ ਆਪੇ ਸਾਂਭ ਲੂੰਗਾ ਉਹ ਤਾਂ ਜਾਣੀ ਤੋਂ ਨਾ ਪਾਣੀ ਜ਼ਿਆਦਾ ਆਹ ਉਹ ਐਂ ਲੱਗਦਾ ਜੀ ਮੇਰੇ ਨਹੀਂ ਠੇਕਾ ਲੈ ਲਈ ਕਹਿ ਰਹੇ ਦਾ ਬੜੇ ਸਰਮ ਕਰੇ ਇਹਨਾਂ ਇਤਰਾ ਤਾਂ ਨਦੀ ਬੰਦੀ ਡੁੱਬ ਜੂ ਬਈ ਜੀ ਲਾਉਣ ਲੱਗ ਉਹਦੇ ਚ ਲਾ ਦੇ ਕਲੈ ਨਾ ਗੱਬੇ ਉਹ ਹਾਂ ਲਾਉਣ ਲੱਗ ਜਾ ਥੋੜਾ ਜਿਹਾ ਲੱਗਦੀ ਬੈਂਗਣੀ ਲਾਉਣ ਆਏ ਨੇ ਅਗਲ ਜੀ ਹੁਣ ਇੱਕ ਘਰਾ ਰਹਿ ਗਿਆ ਜਾਣੀ ਲਾਤੀ ਸਾਰੀ ਉਹ ਟੀਮ ਪਹੁੰਚੀ ਵੀ ਸਾਰੀ ਹਾਂਜੀ ਬਾਕੀ ਕਮੈਂਟਾਂ ਨੇ ਭੈਣ ਭਾਈਆਂ ਦੇ ਇੱਕ ਮੇਰੀ ਭੈਣ ਦਾ ਵੀ ਬਹੁਤ ਵਧੀਆ ਕਮੈਂਟ ਆਇਆ ਵਿੱਚ ਤੇ ਇਹ ਗੱਲ ਨਹੀਂ ਹੈਗੀ ਸਾਰੇ ਬੜੇ ਹੈ ਪ੍ਰਧਾਨ ਹਾਂ ਸਾਰੇ ਮੈਂ ਕਮੈਂਟ ਪੜ੍ਹੇ ਆ ਨੌ ਮੈਂ ਦੱਸੂੰਗਾ ਵੀ ਕਿਆ ਨਾਮ ਆ ਦੋ ਜਣੇ ਦੇ ਆਏ ਵਿਚਾਰੀਆਂ ਭਗਤਣੀਆਂ ਦੇ ਭੈਣ ਭਾਈਆਂ ਦੇ ਸਾਰਾ ਹੁੰਦਾ ਬਾਕੀ ਟੀਮ ਵਿੱਚ ਸਾਡੇ ਭੈਣ ਵੀ ਆ ਭਾਈ ਵੀ ਆ ਬਾਪ ਵੀ ਆ ਕੀ ਨਹੀਂ ਗੱਲ ਹਾਂ ਸਾਰੇ ਅਸੀਂ ਮਿਕਸੇ ਕਰੇ ਵੇ ਆ ਮਿਕਸ ਕਰੇ ਹਾਂ ਪਰ ਚੱਲਦਾ ਕੰਮ ਯਾਰੀ ਦੋਸਤੀ ਵਾਲਾ ਹੀ ਹਾਂ ਚੱਲਦਾ ਕੰਮ ਯਾਰੀ ਦੋਸਤੀ ਵਾਲਾ ਹੀ ਭਾਈ ਹਾਂ ਜੇ ਕੋਈ ਵਧੀਆ ਸਲਾਹ ਦਿੰਦਾ ਠੀਕ ਨਹੀਂ ਗੱਲ ਹੋਰ ਕੀ ਵਧੀਆ ਹਾਂ ਬਹੁਤ ਵਧੀਆ ਕਮੈਂਟ ਆ ਜੀ ਧੰਨਵਾਦ ਗੱਡੀ ਦਾ ਕੱਲ੍ਹ ਗੇੜਾ ਦਿੱਤਾ ਬਹੁਤ ਵਧੀਆ ਗੱਡੀ ਲੱਗੀ ਮੈਨੂੰ ਚਲਾਉਣੇ ਨੂੰ ਭਜਾਈ ਵਧੀਆ ਸੀ ਮੈਂ ਵੀ ਗੱਡੀ ਪਹਿਲੀ ਵਾਰ ਚਲਾਈ ਹਾਂ ਕਹਿੰਦੇ ਪਹਿਲੀ ਵਾਰੀ ਗੱਡੀ ਚਲਾਈ ਆ ਮੈਂ ਕਿਹਾ ਪਰਦਾ ਕਿਤੇ ਹੌਲਾ ਜਾਵੇ ਵੀ ਕਿਤੇ ਗੱਡੀ ਨਹੀਂ ਨਹੀਂ ਮੈਂ ਦੇਖ ਲਿਆ ਕੋਈ ਚਲੋ ਇੱਕ ਤਕਨੀਕ ਥੋੜ੍ਹੀ ਚੌੜੀ ਗੱਡੀ ਜ਼ਿਆਦਾ ਹਾਂ ਦੇਖਣ ਲੱਗਦੀ ਆ
खड़ा लेनी ऑटोमेटिक लग जाती है ਜਾ ਰੇਸ ਦੇਣੀ ਆਟੋਮੈਟਿਕ ਖਤਮ ਹੋ ਜਾਂਦੀ ਹਾਂ ਪਾਰਕਿੰਗ ਲਾਉਣੀ ਪੈਂਦੀ ਹੈ ਪਰ ਰੋਕਣੀ ਗੱਡੀ ਹਾਂ ਹਾਂ ਪਾਰਕਿੰਗ ਜੀ ਪਾਰਕਿੰਗ ਲਾਉਣੀ ਪੈਂਦੀ ਹੈ ਉਹਦਾ ਨਹੀਂ ਚੱਲਣੀ ਗੱਡੀ ਖੜੀ ਆ ਹਾਂ ਅੱਜ ਵੀ ਮੈਂ ਗੇੜਾ ਦੇਣਾ ਪਰ ਗਰਮੀ ਬਹੁਤ ਆ ਟੀਮ ਮੈਨੂੰ ਟੱਕਰੀ ਨਹੀਂ ਹੈਗੀ ਬੰਤੇ ਚਾਚਾ ਬੈਠਾ ਦਾ ਜਿੰਦਰੀ ਚਾਚਾ ਬੈਠਾ ਦਾ ਚੱਲਦੇ ਸ਼ਾਮ ਨੂੰ ਰੋਪੜ ਕੇ ਨੂੰ ਗੇੜਾ ਦਵਾ ਲਿਆਉਣਾ ਇਹਨਾਂ ਨੂੰ ਵੀ ਪਾਰਟੀ ਕਰਨੀ ਆ ਅੱਜ ਰਿਸ਼ਤੇਦਾਰਾਂ ਨੇ ਆਉਣਾ ਦੋ ਤੈਨੂੰ ਗਰਾਊਂਡ 'ਚ ਲੈ ਕੇ ਜਾਊਂਗਾ ਹੈ ਗਰਾਊਂਡ 'ਚ ਗਰਾਊਂਡ 'ਚ ਪਾਰਟੀ ਕਰ ਦਾਂਗੇ ਸਾਰੇ ਨਿਆਣਿਆਂ ਨੂੰ ਪਾਰਟੀ ਨਹੀਂ ਉਦਾਂ ਵੀ ਗੱਡੀ ਨੂੰ ਇੱਕ ਵੀ ਗੱਡੀ ਦੇ ਫੀਚਰ ਆ ਉਹ ਟੈਸਟ ਉੱਥੇ ਹੋਣੇ ਇਸ ਲਈ ਕਿ ਉੱਥੇ ਗਰਾਊਂਡ ਖਾਲੀ ਹੁੰਦਾ ਹੈ ਆਪਾਂ ਫੀਚਰ ਟੈਸਟ ਕਰ ਲੂੰਗੇ ਉੱਥੇ ਵੀ ਕਿਹੜਾ ਫੀਚਰ ਕਿਵੇਂ ਚੱਲਦਾ ਹਾਂ ਪਰ ਮੈਨੂੰ ਤਾਂ ਇੱਕ ਹੌਲੀ ਜੀ ਚੱਲਣ ਵਾਲੀ ਹੋਵੇ ਇੱਕ ਐਵਰੇਜ ਦਿੰਦੀ ਹੋਵੇ ਚੱਲ ਵਧੀਆ ਐਵਰੇਜ 12-13 ਦੀ ਦੱਸ ਰਹੀ ਆ ਐਵਰੇਜ ਨਹੀਂ ਕਿਹਾ 12-13 ਦੀ ਉਹ 17 ਕਹਿੰਦੇ ਤੇ 17 ਵੀ ਅਗਰ ਠੀਕ ਚਲਾਉਂਗੇ ਪਰ ਇੱਕ ਸਰਵਿਸ ਹੋਣੀ ਗੱਡੀ ਦੀ 17 ਦੀ ਹਾਂ ਮੈਂ ਸਰਵਿਸ ਤੇ ਬਾਅਦ ਪਤਾ ਲੱਗੂ ਐਵਰੇਜ ਦਾ ਕਿੰਨੀ ਕੱਢਦੀ ਆ ਜਿੰਦਾ ਕਹਿੰਦਾ ਤਾਂ ਬਈ ਜਿੰਦਾ ਵੀ ਬਹੁਤ ਵਧੀਆ ਬੰਦਾ ਬਈ ਜਿੱਤ ਮਾਨ ਪੂਰਾ ਕਰਦਾ ਰਾਤ ਵੀ ਤਾਂ ਫੋਨ ਆਇਆ ਤਾਂ ਨਹੀਂ ਸਰਵਿਸ ਤੇ ਬਾਅਦ ਪਤਾ ਲੱਗਦਾ ਜੀ ਐਵਰੇਜ ਕਿੰਨੀ ਸਰ ਸਰਵਿਸ ਤੇ ਬਾਅਦ ਭਾਈ ਹਲੇ ਨਹੀਂ ਕੁਝ ਵੀ ਕਹਿ ਸਕਦੇ ਆਪਾਂ ਹਾਂ ਅਲਦਾ ਗੱਡੀ ਦਾ ਇੰਜਨ ਨਵਾਂ ਚੱਲਣਾ ਹਲ ਤਾਂ ਹਾਂ ਇੰਜਨ ਨਵਾਂ ਜਣੀ ਹੈ ਸੌਖੀ ਚਲਾਉਣੀ ਬਸ ਇੱਕੋ ਪੈਰ ਦਾ ਕੰਮ ਆ ਇੱਕੋ ਪੈਰ ਦਾ ਕੰਮ ਆ ਜੀ ਠੀਕ ਨਹੀਂ ਗੱਲ ਮਹਾਰਾਜ ਨੇ ਕਿਰਪਾ ਕਰੀ ਹੈ ਜੀ ਨਿਆਣੇ ਬਹੁਤ ਟਾਈਮ ਦੇ ਰੌਲਾ ਪਾਉਂਦੇ ਆ ਵਧੀਆ ਉਹ ਬਹੁਤ ਵਧੀਆ ਪਤਾ ਚਾਹੇ ਠੰਡ ਹੋਵੇ ਚਾਹੇ ਗਰਮੀ ਹੋਵੇ ਹੁਣ ਆਉਣਾ ਜਾਣਾ ਸੌਖਾ ਹੋ ਜਾਂਦਾ ਨਹੀਂ ਮੋਟਰਸਾਈਕਲ ਠੰਡ ਗਰਮੀ ਦੋਹਾਂ 'ਚ ਆਉਣਾ ਜਾਣਾ ਔਖਾ ਕਿਤੇ ਐਮਰਜੈਂਸੀ ਜਾਣਾ ਪੈ ਜਾਵੇ ਹਾਂ ਐਮਰਜੈਂਸੀ ਹੋ ਇਹ ਤਾਂ ਜਾ ਫੋਨ ਪਰੇ ਗੱਲਾਂ ਹੋ ਜਾਂਦੀਆਂ ਜਾਨੀ ਚਲੋ ਜਾਣਾ ਆਉਣਾ ਹੀ ਪੈਂਦਾ ਕਈ ਵਾਰ ਐਮਰਜੈਂਸੀ ਕਿਤੇ ਜਾਣਾ ਪੈ ਜਾਂਦਾ ਵੀ ਬੰਦਾ ਬਿਮਾਰ ਠਮਾਰ ਹੋ ਜਾਂਦਾ ਉਹੀ ਜਗ੍ਹਾ ਮੈਨੂੰ ਬਹੁਤ ਡਰ ਲੱਗਦਾ ਨਵਾਂ ਬੰਦਾ ਡਰਾਈਵਰ ਕਹਿੰਦੀ ਮੈਂ ਬੱਸ ਨੂੰ ਜਾਇਆ ਕਰੂੰਗੀ ਮੈਂ ਕਿਹਾ ਭਾਈ ਸਿੱਟੂ ਜੀ ਦੀ ਬੱਸ ਲੈ ਲੈਂਦੇ ਪਹਿਲਾਂ ਤੂੰ ਦੱਸ ਦਿੰਦੇ ਠੀਕ ਹੈ ਕੋਈ ਪੁਰਾਣੀ ਮਿਲ ਜਾਣੀ ਨਾਲੇ ਚਾਰ ਪੈਸੇ ਦਿੰਦੀ ਕਿ ਚਲੋ ਕਿਤੇ ਦੀ ਵਧੀਆ ਵਾ ਗੱਡੀ ਬਹੁਤ ਸੋਹਣੀ ਯਾਰ ਗੱਡੀ ਦਾ ਰੰਗ ਬੰਨਿਆ ਪਿਆ ਗੱਡੀ ਚਲਾਉਣਾ ਹੀ ਬਹੁਤ ਯਾਰ ਇੱਕ ਤਾਂ ਅੱਫੇ ਜਿਹਾ ਚਲਾਉਣੀ ਜਾਊਂਗੇ ਜਦੋਂ ਆਪਾਂ ਲੈ ਕੇ ਠੀਕ ਆ ਜਾਂ ਪਿੰਡੇ ਗੇੜਾ ਮਾਰੀਏ ਖੇਤਾਂ ਤੱਕ ਠੀਕ ਚਲਾਉਂਗੇ ਫਿਰ ਯਾਰ ਜਾਣੀ ਬਹੁਤ ਵਧੀਆ ਚੀਜ਼ ਆ ਜੀ ਚਲੋ ਪੈਸੇ ਦੁਖਦੇ ਵੀ ਨਹੀਂ ਹੈਗੇ ਪਰ ਸਾਰੇ ਆਟੋਮੈਟਿਕ ਸਿਸਟਮ ਆ ਜੀ ਦੇਖ ਲਓ ਵਿੱਚ 18 ਲੱਖ ਲੈ 19 ਲੱਖ ਲੈ ਦੁਖ ਤਾਂ ਜੀ ਬਾਕੀ ਤੇਰੀ ਹਾਂਜੀ ਹਾਂ ਫੀਚਰ ਤਾਂ ਕਹਿੰਦੇ ਵੀ ਹਾਂ ਅਸੀਂ ਇੰਨੇ ਪੈਸੇ ਮੰਗਦੇ ਹਾਂਜੀ ਹਾਂ ਕਈ ਕਈ ਗੱਡੀਆਂ ਹੁੰਦੀਆਂ ਮੈਂ ਦੇਖੀਆਂ ਗੱਲ ਨਹੀਂ ਬਣਦੀ ਇੰਨੇ ਪੈਸੇ ਲਾ ਕੇ ਚਲੋ ਹੁਣ ਬਾਕੀ ਨਿਆਣੇ ਚਲਾਉਣਗੇ ਸਾਨੂੰ ਤਾਂ ਇੰਨਾ ਪਤਾ ਨਹੀਂ ਤੁਹਾਨੂੰ ਪਤਾ ਜ਼ਿਆਦਾ ਬਾਈ ਚੱਲ ਚਲਾਉਣੀ ਤਾਂ ਤੁਹਾਨੂੰ ਪਤਾ ਪ੍ਰਧਾਨ ਕਿਹੜੀ ਅਸੀਂ ਚਲਾਉਣੀ ਹੈ ਇੰਨਾ ਪਤਾ ਨਹੀਂ ਨਾ ਹੈਗਾ ਫਿਰ ਥੋੜ੍ਹਾ ਡਰ ਲੱਗਦਾ ਹਲੇ ਟੈਟਰ ਟੂਟਰ ਦਾ ਚਲੋ ਚਲਾ ਦੀਦਾ ਗੱਡੀ ਦਾ ਡਰ ਲੱਗਦਾ ਥੋੜ੍ਹਾ ਜਿਹਾ ਹਲੇ ਕਿਉਂ ਸਪੀਡ ਬਹੁਤ ਹੁੰਦੀ ਆ ਸਪੀਡ 'ਚ ਹਾਂ ਪਿਕਅਪ ਬਹੁਤ ਉਹਦੀ ਹਾਂ ਫਿਰ ਬਾਕੀ ਟੈਟਰ ਦੇ ਤਾਂ ਟਾਇਰਾਂ ਦਾ ਪਤਾ ਲੱਗੀ ਜਾਂਦਾ ਨਾ ਖੁੱਲ੍ਹਾ ਹੁੰਦਾ ਕੰਮ ਉਹਦੇ ਅੰਦਰ ਬੈਠੇ ਦਾ ਐਸਟੀਮੇਟ ਲਾਉਣਾ ਹੁੰਦਾ ਉਹ ਜਦ ਤੂੰ ਚਾਹੋ ਚਲਾਉਂਗਾ ਤੈਨੂੰ ਜਾਪਾ ਲੱਗਣਾ ਬਾਕੀ ਮਹਾਰਾਜ ਦੀ ਕਿਰਪਾ ਗੱਲ ਸਾਰੇ ਬਲੌਗਰ ਆ ਗਏ ਤੇ ਕਾਲਾ ਕਿਤੇ ਬਾਹਰ ਗਿਆ ਤਾ ਵਿਚਾਰਾ ਜੀ ਉਹਦੀ ਬੇਬੇ ਬਿਮਾਰ ਸੀ ਚੰਡੀਗੜ੍ਹ ਗਿਆ ਉਹਦਾ 7:30 ਵਜੇ ਫੋਨ ਆਇਆ ਤਾ ਵੀ ਹੁਣ ਮੈਂ ਡੰਗਰ ਬੱਚਾ ਚੋਣਾ ਮਖਾ ਚੱਲ ਕੋਈ ਗੱਲ ਨਹੀਂ ਚੋਲਾ ਸਵੇਰੇ ਆ ਜੀ ਜਸਵੀਰ ਵੀਰ ਆ ਗਿਆ ਤੇ ਸਰਬਜੀਤ ਅਮਨਾ ਵਿੱਕੀ ਕਿਰਤਪਾਲ 72 ਜਾਣੇ ਆਏ ਵੀਰੇ ਪਤਾ ਨੋਟ ਕਰਦਾ ਵਾ ਹੈ ਨੋਟ ਕਰਦਾ ਰਿਹਾ ਤੂੰ ਬੰਦੇ 73 ਜਾਣੇ ਦੇ ਮੈਂ ਗਿਣੇ ਨਾ ਫਿਰ ਸਾਰੇ ਬੈਠ ਕੇ ਵੀ ਕੌਣ ਸੌਦਾ ਪਤਾ ਘਟ ਗਿਆ ਆਪਣਾ ਮੈਂ ਕਹਿੰਦਾ ਸੌਦਾ ਪਤਾ ਘਟ ਨਹੀਂ ਗਿਆ ਨਹੀਂ ਸੌਦਾ ਪਤਾ ਮੈਂ ਹੋਰ ਲਿਆਂਦਾ ਤਾ ਅੱਛਾ ਮੈਂ 30 ਬੰਦੇ ਲਾਇਆ ਤਾ ਸੀਣ ਬੰਦੇ ਜ਼ਿਆਦਾ ਹੋ ਜਾਂਦੇ ਨਹੀਂ ਨਹੀਂ ਫਿਰ ਬ੍ਰੈਡ ਵੀ ਤੇ ਆਹੋ ਹਾਂ ਆਪੇ 70 ਪਤਾ ਸਮਾਂ ਲੈ ਕੇ ਆਏ ਆਪਾਂ ਹਾਂ 30 ਬ੍ਰੈਡ ਤੇ 40 ਸਮੋਸੇ ਦੇ 40 ਸਮੋਸੇ ਦੇ 4-3-7-70 ਬੰਦੇ ਦਾ ਸਮਾਂ ਤਾਂ ਥਾ ਹਾਂ 70 ਬੰਦੇ ਦਾ ਸਮਾਂ ਤਾਂ ਫਿਰ ਵੈਸ਼ਨੂੰ ਪਾਰਟੀ ਤੇ ਨਹੀਂ ਪਾ ਕਦੇ ਭੱਜਦੇ ਹੈਗੇ ਬੰਤ ਚਾਚਾ ਕਹਿੰਦਾ ਪਾਰਟੀ ਹੋ ਗਈ ਮੈਂ ਚਾਚੇ ਵੈਸ਼ਨੂੰ ਪਾਰਟੀ ਤੇ ਨਾ ਭੱਜ ਤੂੰ ਜਦ ਮਰਜ਼ੀ ਕਹਿ ਦੇ ਮੈਨੂੰ ਵੈਸ਼ਨੂੰ ਵਾਲੀ ਬਸ ਵੈਸ਼ਨੂੰ ਵਾਲੀ ਬਸ ਦੂਈ ਨਾ ਮੰਗਿਓ ਗਿਆ ਹਾਂ ਕਿਉਂ ਫਿਰ ਅਗਲੇ ਨੂੰ ਪੈਕੀ ਸ਼ੱਕ ਪਲਾ ਦੀਏ ਫਿਰ ਅਗਲੇ ਦੇ ਘਰ ਚ ਲੜੇ ਅਗਲਾ ਕਹੂ ਆਪ ਪੀਂਦੇ ਨਹੀਂ ਹੈਗੇ ਇਹਨਾਂ ਨੂੰ ਪਲਾਈ ਜਾਂਦੇ ਠੀਕ ਨਹੀਂ ਗੱਲ ਠੀਕ ਗੱਲ ਨਹੀਂ ਹੈਗੀ ਜਾਨੀ ਹਾਂ ਵਿਆਹ ਸ਼ਾਦੀ ਨੂੰ ਤਾਂ ਚਲੋ ਮੰਨੇ ਆ ਚਲੀ ਫਿਰ ਉਹ ਲਾਈਏ ਰਹਿ ਗਈ ਮਾੜੀ ਜਿਹੀ ਰਹਿ ਗਈ ਹੁਣ ਤਾਂ ਹੁਣ ਨੌਜਾ ਕਰ ਦਈਏ ਕਈ ਵਾਰ ਨੌਜਾ ਕਰ ਦਈਏ ਉਹ ਇੰਨੇ ਬੰਦੇ ਨੂੰ ਪਤਾ ਨਹੀਂ ਲੱਗਦਾ ਕਿੰਨੀ ਕਿਹੜੀ ਕੀਲੇ ਬੀਜਣ ਆਪਾਂ ਨੇ ਪਤਾ ਨਹੀਂ ਲੱਗਦਾ ਜਾਂ ਤੋੜਨੀ ਜਦ ਪਤਾ ਲੱਗ ਜਾਂਦੇ ਨੇ ਹਾਂ ਤੋੜਨੇ ਪਤਾ ਲੱਗਦਾ ਵੀ ਲੋਈ ਹੈ ਨਹੀਂ ਨੇ ਤੋੜਨ ਆ ਗਿਆ ਨਾ ਨਾ ਆਪਣੇ 10 ਬੂਟੇ ਲਾ ਦੇ ਤੋੜਨੀ ਵੀ ਔਖੀ ਹੈ ਆਪਣੇ 10 ਬੂਟੇ ਲਾ ਲਾ ਤੂੰ ਹਾਂ 10 ਬੂਟੇ ਲਾ ਦੇਣੇ ਆਹ ਪਾਣੀ ਲੱਗ ਕੇ ਆ ਕੇ ਬਾਕੀ ਪਿੰਡ ਗੰਨੇ ਨੂੰ ਲੱਗੇ ਵੀ ਤੇ ਅੱਜ ਪਾਣੀ ਜਿਹਾ ਲਾਇਆ ਵੀ ਲੈਟ ਆਉਂਦੀ ਦਿਨ 'ਚ ਰਾਤ ਵੀ ਚੱਲਦੀ ਸੀ ਹਾਂ ਰਾਤ ਵੀ ਤੋ ਚੱਲੀ ਫੇ ਲਾਈਏ ਆ ਜਾਣ ਮੈਂ ਖੇਤਨ ਆ ਜਾਣ ਸਾਰੇ ਲੱਗ ਜਾਣ ਲਾਬਾ ਜੀ
गिर गया फिर तू हाथ हाथ कपड़े लिपट गए मैं ना लाई कर ली ती हो लाई होनी किसी ने चल ट्रैक्टर पर बह जा क्या लाया था बताऊ लाया क्या पिंडी लाई बताऊ पिंडी बताऊ बताऊ आहो पिंडी क्या है बताऊ मैं सर पिंडी है खत्म नबेड़ती जिनी हैगी 1400 बूटा लिया पता बस लग गया जिनी जगह सारी लग गई अद्धा ग्यारह बचा वो वधिया धनिया बीज के देखो नाले तजर्बा होजूगा नाले पानी लगे चार दिन तक पत्ता देना चिट्टा दे के फाली के रला दो वधिया जमे होना नाले पानी तो घंटे तक बीजड़े ने पी लिया हाँ सारी देखने लग जाना बूटा जो माड़ा मोटा पानी है ना वधिया चाहिए भी पानी जरूरी जब बूटा लाने ना फिर लेली भी पै जाने जर से जर आप बूटा लाने माइने जाड़े तो फटे उन्हें ठीक हो जाए जिंदर चलो भाई चलिए चाबी घुमा बैठा क्या करता तू ट्रैक्टर स्टार्ट कर दता कहना तू बंदा बन जा ਹੁਣ ਤੂੰ ਇਹਨਾਂ ਗੱਲ ਆ ਜੀ ਤੂੰ ਲਿਬੜਿਆ ਪਿਆ ਜਿਆਦਾ ਕੀ ਹੈ ਪਹਿਰ ਤੂੰ ਪਾਸ ਕਰ ਤੁੱਕਾ ਲਾ ਕਾਹ ਲੱਗੂਗਾ ਕਿਆ ਚੀਜ਼ ਹਾਂ ਕੀ ਹੈ ਪਾਣੀ ਲੱਗੂਗਾ ਕਿਹਨੂੰ ਮੈਂ ਨਹੀਂ ਗਿਰੀ ਤੋੜਨਾ ਕਹਿੰਦੀ ਵੀ ਟੀਏ ਪੇ ਤੋੜਨੀ ਪੈਣੀ ਹੈ ਐ ਕਰ ਲਈ ਇੱਕ ਕੈਰੇ ਨੂੰ ਲਾ ਕੇ ਦੇਖ ਲਈ ਓ ਨਹੀਂ ਲੱਗਣਾ ਮੈਂ ਤੇਰੇ ਕੈਰੇ ਦਾ ਸਾਰਾ ਖਰਚਾ ਦੇ ਦੇਣਾ ਇੱਕ ਕੈਰੇ ਨੂੰ ਪਾਣੀ ਲਾ ਕੇ ਦੇ ਦੇਣਾ ਕਾਹ ਤੇ ਲਾਉਣਾ ਦੱਸ ਤੂੰ ਤੇ ਲਾ ਦੂੰਗਾ ਇਹ ਪਤਾ ਕਹਿੰਦਾ ਕੈਰੇ ਨੇ ਕਿਹਨੂੰ ਹੋਰ ਦੱਸ 4 ਵਜੇ ਆ ਕੇ ਛੱਡ ਦੇਈਂ ਵੇ ਪਾਣੀ ਸੁੱਕੂਗਾ ਤਾਂ ਪਾਣੀ ਸੁੱਕ ਜਾਣਾ ਪਾਣੀ ਨੇ ਘੰਟ 2 ਘੰਟੇ ਰੁਕ ਜਾ ਅੱਗੇ ਤਾਂ ਪੈਂਦੀ ਯਾਰ ਓਏ ਨਾ ਪਾਣੀ ਉੱਤੇ ਸ਼ਾਂਤ ਕਰ ਆਏ ਤੇ ਲਾ ਦੂੰਗਾ ਪਤਾ ਤੇਰੇ ਕਹਿੰਦੇ ਉਹ ਲਾ ਦੂੰਗਾ ਕੋਈ ਨਾ ਪ੍ਰਧਾਨ ਕਹਿੰਦਾ ਲਾ ਦੂੰਗਾ खेती बाड़ी करते हैं दिन च लाउणी ठीक है ਮਿਰਚਾਂ ਲਿਆਈ ਮਿਰਚਾਂ ਦੇ ਬੂਟੇ ਲਿਆਈ ਹੋਰ ਕੋਈ ਲਿਆਈ ਸ਼ਾਮ ਵਾਲੀ ਲਵਾਈ ਦੇਖ ਲਈ ਸਵੇਰ ਵਾਲੀ ਵੀ ਲਵਾਈ ਦੇਖ ਲਈ ਤੂੰ ਤੇਰੇ ਪਾਦਾ ਹੁਣ ਹੋਣਗੇ ਨਹੀਂ ਨਹੀਂ ਹੋਣੀ ਤਾਂ ਹੈਗੀ ਆ ਬਸ ਇਹ ਕਹਿੰਦਾ ਵੀ ਕਵੀ ਜੇ ਸ਼ਾਮ ਨੂੰ ਲੈ ਹੁੰਦੀ ਸਵੇਰ ਨੂੰ ਤੇਰੇ ਜਾ ਫੜਨੇ ਤੀ ਜੜ ਨਾਲ ਦੀ ਨਾਲ ਖੜੀ ਹੋ ਜਾਂਦੀ ਬਾਈ ਬੈਂਗਣੀ ਹਾਂ ਇਹ ਭਾਵਾ ਕਹਿਣ ਦਾ ਆਪਣਾ ਪ੍ਰਧਾਨ ਜੀ ਦਾ ਗੜਾਈ ਕਰਾ ਦਈਏ ਭਿੰਡੀ ਦੀ ਹੁਣ ਹਾਂ ਭਿੰਡੀ ਦੀ ਗੜਾਈ ਹੋਣੀ ਆ ਤੇ ਬਾਈ ਕਮੈਂਟਾਂ ਮਾ ਜ਼ਰੂਰ ਦੱਸਿਓ ਬਾਈ ਸ਼ਾਮ ਨੂੰ ਹੀ ਲਾਉਣੀ ਚਾਹੀਦੀ ਤੇ ਜ਼ਰੂਰੀ ਜਾਂ ਜਿੱਦਾਂ ਹੁਣ ਆਪਾਂ ਲਾਈ ਆ ਵੀ ਪਾਣੀ ਲਾ ਕੇ ਜਿਵੇਂ ਉਦਾਂ ਵੀ ਠੀਕ ਹੈ ਯਾਰ ਫਿਰ ਤੁਹਾਡੇ ਵਿਚਾਰ ਕਹਿੰਦੇ ਵੀ ਕਿਹੜੀ ਜ਼ਿਆਦਾ ਬੈਟਰ ਹੈ ਲਾਉਣੀ ਪਾਣੀ ਲਾ ਕੇ ਚਾਹੀਦੀ ਹੈ ਹਾਂ ਪਰ ਸ਼ਾਮ ਨੂੰ ਲਾਉਣੀ ਚਾਹੀਦੀ ਸ਼ਾਮ ਲਾਉਣੀ ਚਾਹੀਦੀ ਪਤਾ ਕਹਿੰਦਾ ਵੀ ਸ਼ਾਮ ਨੂੰ ਜ਼ਿਆਦਾ ਬੈਟਰ ਬਾਕੀ ਸੁਝਾਅ ਤੁਸੀਂ ਵੀ ਹਨਾ ਸਭ ਸਾਰੇ ਖੇਤੀਬਾੜੀ ਬੰਦੇ ਕਰਦੇ ਹੀ ਆ ਸੁਝਾਅ ਦਿਓ ਆਪਣਾ ਤਾਂ ਕਿ ਅਗਲੀ ਵਾਰ ਆਪਾਂ ਵੀ ਠੀਕ ਕਰੀਏ ਕੰਮ ਆਪਣਾ ਕਰਦੇ ਜੀ ਪੈਪ ਇਕੱਠਾ ਕਰਦੇ ਫਿਰ ਹੁਣ ਚੱਲਦੇ ਘਰ ਨੂੰ ਕੰਮ ਤਾਂ ਨਿਬੜ ਗਿਆ ਬਾਕੀ ਦੁਬਾਰਾ ਫੇਰ ਆ ਜੀ ਕਮੈਂਟ ਵਾਲੇ ਭੈਣ ਭਾਈਆਂ ਦਾ ਬਹੁਤ ਪ੍ਰਧਾਨ ਤੁਹਾਡਾ ਦਿਲੋਂ ਧੰਨਵਾਦ ਕਰ ਰਿਹਾ ਹਾਂ ਦੋ ਵਾਰੀ ਧੰਨਵਾਦ ਦਿਲ ਦੇ ਅੰਦਰੋਂ ਪ੍ਰਧਾਨ ਸਰ ਐ ਟਾਈਮ ਧੰਨਵਾਦ ਆ ਰਿਹਾ ਮੈਂ ਦੇਖ ਲਿਆ ਪ੍ਰਧਾਨ ਦਾ ਹਾਂ ਵੀ ਪ੍ਰਧਾਨ ਖੁਸ਼ ਬਹੁਤ ਹੈ ਹਾਂ ਰਾਤ ਵੀ ਸਾਰੀ ਰਾਤ ਨੀਂਦ ਨਹੀਂ ਆਈ ਵਧੀਆ ਵਧੀਆ ਕਮੈਂਟ ਆਏ ਵੇ ਘਰ ਦੇ ਵੀ ਪੜਦੇ ਆ ਨਿਆਣੇ ਨਿੱਕੇ ਹੀ ਪੜਦੇ ਆ ਭਾਈ ਬਾਹਰ ਬਧਾਈਆਂ ਆਤੀਆਂ ਸਭ ਨੇ ਖੁਸ਼ੀ ਹੁੰਦੀ ਬੰਦੇ ਨੂੰ ਕੋਈ ਗਲਤ ਨਹੀਂ ਬੋਲੇ ਚੱਲ ਕੋਈ ਨਹੀਂ ਅੱਗੇ ਗਈ ਜਾਂਦੇ ਸਾਰਾ ਪਿੰਡ
ਇਕੱਠਾ ਹੋਣ ਦਾ ਕਹੇਗਾ ਵੀ ਕਿਆ ਗੱਲ ਹੈ ਨਹੀਂ ਆ ਕੋਈ ਆਉਂਦੇ ਅੱਗੇ ਹੋਰ ਕਿਆ ਤਾਂ ਪਤਾ ਲੱਗ ਗਿਆ ਲੋਕ ਵੀ ਸਮਝ ਗਏ ਵੀ ਹਾਂ ਪਿਆਰ ਹੈ ਹਾਂ ਹਾਂ ਪਿਆਰ ਬਾਈ ਪਿਆਰ ਹੈ ਪ੍ਰੇਗ ਨਾ ਵੀ ਕਹੇ ਅਸੀਂ ਅਗਲੇ ਦੇ ਵੀ ਚਲੇ ਜਾਂਦੇ ਸਭ ਪਾਸੇ ਹੋਣਾ ਚਾਹੀਦਾ ਜ਼ਰੂਰੀ ਹੈ ਜ਼ਰੂਰੀ ਹੈ ਬਾਈ ਕਿਸੇ ਦਾ ਕਿਆ ਕੱਢਾ ਕਿਆ ਵਧਿਆ ਸਗੋਂ ਕੋਈ ਦੋ ਘੜੀ ਬਹਿ ਕੇ ਖੁਸ਼ ਖੁਸ਼ੀ ਮਿਲੀ ਹੈ ਹਾਂਜੀ ਹਾਂ ਲੈ ਹੋਰ ਕਿਆ ਹੁਣ ਚੈਨਲ ਤੇ ਵੀ ਬਹੁਤ ਸੁਧਾਉ ਦੱਸਦੇ ਵੀ ਏਦਾਂ ਨਹੀਂ ਏਦਾਂ ਕਰੋ ਏਦਾਂ ਨਹੀਂ ਏਦਾਂ ਕਰੋ ਅਸੀਂ ਆਪਣੇ ਇਹਦੇ ਗੱਲੇ ਕੰਮ ਚੱਲਦਾ ਵਧੀਆ ਇੰਟਰੈਕਟ ਹੁੰਦਾ ਹੋਰ ਬੰਦੇ ਨਾਲ ਵੀ ਹਾਂਜੀ ਹਾਂ ਹੋਰ ਕਿਆ ਇਹ ਤਾਂ ਜਿੰਨੀ ਆਪਾਂ ਗੱਲ ਕਰਾਂਗੇ ਉਨੀ ਮਤਲਬ ਨੌਲੇਜ ਆਉਂਦੀ ਆਉਂਦੀ ਹੈ ਹਾਂ ਨੌਲੇਜ ਆਉਂਦੀ ਭਾਈ ਸਾਤੇ ਬਹੁਤ ਉੱਪਰ ਉੱਪਰ ਬੈਠੇ ਹਾਂ ਯਾਰ ਇਹ ਵੀ ਇੱਕ ਪ੍ਰਧਾਨ ਮੈਂ ਗੱਲ ਦੱਸਦਾ ਇਹ ਵੀ ਇੱਕ ਆਪਣੀ ਸੱਥ ਨਾਲ ਦੀ ਉਹ ਚੀਜ਼ ਹੈ ਸੱਥ ਨਾਲ ਦੀ ਬਾਈ ਪੁਰਾਣੇ ਬਜ਼ੁਰਗ ਜਿੱਕਣ ਆਪਣੇ ਕਹਿੰਦੇ ਤੇ ਪਿੰਡਾਂ 'ਚ ਇਕੱਠੇ ਹੋ ਕੇ ਬੈਠਦੇ ਤੇ ਇਹ ਵੀ ਇੱਕ ਆਪਣੀ ਸੱਥ ਹੈ ਹੁਣ ਆਪਣੇ ਹਰੇਕ ਦੇ ਕੰਮ ਰਜੇ ਇਵੇਂ ਕੰਮ ਇੰਨੇ ਆ ਬੰਦਾ ਆਪਣੇ ਕੰਮ 'ਚ ਹੁਣ ਦੇਖੋ ਇਹ ਬੈਂਗਣੀ ਲਾਉਣ ਆਏ ਪਾਵਰ ਆ ਗਈ ਹੁਣ ਤੂੰ ਪਾਵਰ 'ਚ ਲਾਉਂਦਾ ਪਾਵਰ ਜੀ ਰਾਜੂ ਬਾਈ ਦੇ ਉੱਧਰ ਮਿਸਤਰੀ ਲੱਗਿਆ ਬਹੁਤ ਭੱਜ ਗਿਆ ਪਰ ਇੱਕ ਇਕੱਠੇ ਹੋਣਾ ਇਕੱਠੇ ਹੋਣ ਦੇ ਨਾਲ ਪਿਆਰ ਵੱਧਦਾ ਹੈ ਕਿਸੇ ਦੇ ਜਾਣਾ ਕਿਸੇ ਦੇ ਆਉਣਾ ਇੱਕ ਪਿਆਰੇ ਹੈ ਲੱਗਿਆ ਤਾਂ ਅੱਧਾ ਘੰਟਾ ਘੰਟੇ ਲੱਗਿਆ ਜਾਣੀ ਹੁਣ ਅਸੀਂ ਇਕੱਲੇ ਨੂੰ ਇਕੱਲਾ ਨਹੀਂ ਸਮਝਦੇ ਹਾਂ ਚਲੋ ਮੈਂ ਲੇਟ ਹੋ ਗਿਆ ਅਸੀਂ 15 20 ਜਾਣੇ ਕਿ ਇਕੱਲਾ ਇਕੱਲਾ ਪਿੰਡ ਮੈਂ ਪਾਣੀ ਛੱਡਿਆ ਵਾ ਤਾਂ ਕਈ ਕੰਮ ਚੱਲਦਾ ਪਿੰਡ ਪਾਣੀ ਛੱਡਿਆ ਵਾ ਤਾਂ ਜਾਣੀ ਮੈਂ ਲੇਟ ਹੋ ਗਿਆ ਹੁਣ ਤਾਂ ਪਾਵਰ ਜੇ ਸਾਨੂੰ ਨਹੀਂ ਪਤਾ ਜਦੇ ਆਪਣਾ ਵਟਸਐਪ ਦੇ ਵਿੱਚ ਮੈਸੇਜ ਛੱਡ ਦਿੰਦਾ ਕੋਈ ਨਾ ਕੋਈ ਪਾਵਰ ਆ ਗਈ ਪਤਾ ਲੱਗ ਜਾਂਦਾ ਆ ਜਾਂਦਾ ਯਾਨੀ ਇੱਕ ਸੱਥ ਵਾਲਾ ਕੰਮ ਹੈ ਇਹ ਸਭ ਦਾ ਆਲੇ ਦੁਆਲੇ ਦਾ ਪਤਾ ਲੱਗ ਜਾਂਦਾ